ਪੰਜਾਬ ਦੇ ਵਿੱਚ ਲਗਾਤਾਰ ਬਿਜਲੀ ਸੰਕਟ ਗਰਮਾਉਂਦਾ ਜਾ ਰਿਹਾ। ਜੇਕਰ ਵੱਖ ਵੱਖ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਥਰਮਲ ਪਲਾਂਟਾਂ ਵਿੱਚ ਕੁਝ ਹੀ ਦਿਨਾਂ ਦਾ ਕੋਲਾ ਬਾਕੀ ਰਹਿ ਗਿਆ, ਜਿਸ ਦੇ ਤਹਿਤ ਗੋਇੰਦਵਾਲ ਵਿੱਚ 2 ਦਿਨਾਂ ਦਾ ਕੋਲਾ ਅਤੇ ਇਸ ਦੇ ਚੱਲਦਿਆਂ ਹੀ ਬਾਕੀ ਇਲਾਕਿਆਂ ਵਿੱਚ ਵੀ ਕੋਲਾ ਬਹੁਤ ਘੱਟ ਮਾਤਰਾ ਵਿੱਚ ਰਹਿ ਗਿਆ। ਜੇਕਰ ਕੋਲੇ ਦੀ ਸਪਲਾਈ ਸਮੇਂ ਸਿਰ ਪੰਜਾਬ ਵਿੱਚ ਨਾ ਹੋਈ ਤਾਂ ਕੁਝ ਦਿਨਾਂ ਦੇ ਵਿੱਚ ਹੀ ਪੰਜਾਬ ਵਿੱਚ ਬਲੈਕਆਊਟ ਹੋ ਸਕਦਾ ਹੈ। ਨਾਭਾ ਬਲਾਕ ਦੇ ਕਈ ਪਿੰਡਾਂ ਵਿੱਚ ਕੱਲ੍ਹ ਤੋਂ ਬਿਜਲੀ ਦੇ ਕੱਟਾਂ ਕਰਕੇ ਲੋਕ ਅਤੇ ਸਕੂਲ ਦੇ ਬੱਚੇ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਨਾਭਾ ਬਲਾਕ ਦੇ ਪਿੰਡ ਲੁਬਾਣਾ ਦੇ ਪ੍ਰਾਇਮਰੀ ਸਕੂਲ ਦੀ ਤਾਂ ਉਸਦੇ ਹਾਲਾਤਾਂ ਦੀ ਤਾਂ ਛੋਟੇ ਛੋਟੇ ਬੱਚੇ ਹੀ ਜ਼ਿਕਰ ਕਰ ਰਹੇ ਹਨ, ਜਿੱਥੇ ਕਿ ਛੋਟੇ ਬੱਚੇ ਬਿਨਾਂ ਲਾਈਟ ਅਤੇ ਪੱਖਿਆਂ ਤੋਂ ਕਲਾਸਾਂ ਵਿੱਚ ਬੈਠੇ ਵਿਖਾਈ ਦਿੱਤੇ। ਕੁਝ ਬੱਚੇ ਰੋਂਦੇ ਵੀ ਦਿਖਾਈ ਦਿੱਤੇ ਕਿਉਂਕਿ ਸਵੇਰ ਦੀ ਧੁੱਪ ਨਿਕਲਣ 'ਤੇ ਗਰਮੀ ਸਿਖਰਾਂ 'ਤੇ ਸੀ ਅਤੇ ਬੱਚਿਆਂ ਦਾ ਬੁਰਾ ਹਾਲ ਸੀ। ਕੁਝ ਬੱਚੇ ਤਾਂ ਪਾਣੀ ਦੀਆਂ ਟੂਟੀਆਂ 'ਤੇ ਪਾਣੀ ਪੀ ਕੇ ਪਿਆਸ ਬੁਝਾਉਂਦੇ ਨਜ਼ਰ ਆਏ। ਸਰਕਾਰਾਂ ਵੱਲੋਂ ਦਾਅਵੇ ਤਾਂ ਲੱਖਾਂ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁਛ ਹੋ ਰਹੀ ਹੈ। ਸਰਕਾਰਾਂ ਸਰਕਾਰੀ ਸਕੂਲਾਂ ਦਾ ਮਿਆਰ ਵਧਾਉਣ ਨੂੰ ਲੱਖ ਦਾਅਵੇ ਕਰ ਰਹੀਆਂ ਹਨ, ਪਰ ਅਜੇ ਵੀ ਸਰਕਾਰੀ ਸਕੂਲ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ ਹਨ। ਇਸ ਮੌਕੇ ਸਰਕਾਰੀ ਲੁਬਾਣਾ ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਰਾਤ ਨੂੰ ਘਰਾਂ ਵਿੱਚ ਲਾਈਟ ਨਹੀਂ ਹੁੰਦੀ, ਦੂਜੇ ਪਾਸੇ ਸਕੂਲਾਂ ਵਿੱਚ ਵੀ ਇਹੀ ਹਾਲ ਹੈ, ਜਿਸ ਕਰਕੇ ਉਹਨਾਂ ਨੂੰ ਪੜ੍ਹਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਵੱਧਦੀ ਗਰਮੀ ਦੇ ਕਾਰਨ ਉਹਨਾਂ ਨੂੰ ਪੜ੍ਹਾਈ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਹੈ। ਸਾਨੂੰ ਜੀ ਰਾਤ ਨੂੰ ਨੀਂਦ ਪੂਰੀ ਹੁੰਦੀ, ਪੂਰੇ ਆ ਕੇ ਜੀ ਗਰਮੀ ਲੱਗਦੀ, ਪਾਣੀ ਮੋਟਰ ਭਰ ਨਹੀਂ ਸਕਦੀ ਜੀ, ਲਾਈਟ ਤੋਂ ਬਿਨਾਂ ਜੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਰਾਤ ਨੂੰ ਬੜੀ ਲਾਈਟ ਹੁੰਦੀ, ਦਿਨੇ ਇੱਥੇ ਨਹੀਂ ਹੁੰਦੀ ਲਾਈਟ, ਤਾਂ ਕਰਕੇ ਮੁਸ਼ਕਲ ਆ ਰਹੀ। ਹੋਮਵਰਕ ਵੀ ਨਹੀਂ ਕਰ ਸਕਦੇ ਫਿਰ ਤੁਸੀਂ? ਪਾਣੀ ਨਹੀਂ ਹੁੰਦਾ ਜੀ, ਫਿਰ ਟੈਂਕੀ 'ਚ ਪਿਆਸ ਲੱਗਦੀ ਜੀ, ਗਰਮੀ 'ਚ ਜੀ ਰਾਤ ਨੂੰ ਨੀਂਦ ਨਹੀਂ ਹੁੰਦੀ ਜੀ, ਉਹਦੇ ਆ ਕੇ ਫਿਰ ਹੋਮਵਰਕ ਵੀ ਨਹੀਂ ਪੂਰਾ ਹੁੰਦਾ ਜੀ ਗਰਮੀ 'ਚ ਜੀ। ਇਸ ਮੌਕੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਕਹਿਣਾ ਸੀਗਾ ਕਿ ਉਹ ਵੀ ਮੰਨਦੇ ਹਨ ਕਿ ਇੱਕ ਪਾਸੇ ਗਰਮੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ, ਦੂਜੇ ਪਾਸੇ ਬਿਜਲੀ ਦੇ ਕੱਟਾਂ ਕਾਰਨ ਬੱਚਿਆਂ ਨੂੰ ਪੜ੍ਹਾਉਣਾ ਮੁਸ਼ਕਲ ਹੋ ਰੱਖਿਆ। ਉਹਨਾਂ ਕਿਹਾ ਕਿ ਨਾ ਤਾਂ ਸਕੂਲ ਵਿੱਚ ਇਨਵਰਟਰ ਹੈ ਅਤੇ ਨਾ ਹੀ ਜਨਰੇਟਰ ਦਾ ਇੰਤਜ਼ਾਮ ਹੈ, ਜਿਸ ਕਰਕੇ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਕੱਟ ਲੱਗਣ ਕਰਕੇ ਮਤਲਬ ਗਰਮੀ ਕਰਕੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ, ਪੜ੍ਹਾਈ ਚਲੋ ਅਸੀਂ ਕਰਵਾ ਰਹੇ ਹਾਂ, ਜੇ ਲਾਈਟ ਰਹੂਗੀ ਤਾਂ ਮਤਲਬ ਬੱਚੇ ਥੋੜ੍ਹੇ ਸੌਖੇ ਰਹਿਣਗੇ ਅਤੇ ਬੱਚੇ ਆਨੰਦ ਨਾਲ ਪੜ੍ਹਦੇ, ਫਿਰ ਲਾਈਟ ਹੁੰਦੀ ਹੈ ਨਾ ਹੋਣ ਕਰਕੇ ਤਾਂ ਗਰਮੀ ਕਰਕੇ ਬੱਚੇ ਮਹਿਸੂਸ ਕਰਦੇ ਨੇ ਥੋੜ੍ਹਾ ਔਖਾ। ਇੱਕ ਤਾਂ ਟੈਂਪਰੇਚਰ ਵੀ ਜੇ ਦੇਖਿਆ ਜਾਵੇ 9:30 ਵਜ ਗਿਆ, 49 ਡਿਗਰੀ ਟੈਂਪਰੇਚਰ ਆ ਅਤੇ ਹੋਰ ਵੀ ਵਧੇਗਾ, ਤੁਹਾਨੂੰ ਲੱਗਦਾ ਵੀ ਗਰਮੀ ਵੀ ਫਿਰ ਹੋਰ ਲੱਗੇਗੀ ਬੱਚਿਆਂ ਨੂੰ ਲਾਈਟ ਪਹਿਲੀ ਨਹੀਂ? ਹਾਂ ਦੇਖੋ ਨੈਚੁਰਲ ਚੀਜ਼ ਹੈ, ਗਰਮੀ ਤਾਂ ਮਹਿਸੂਸ ਹੁੰਦੀ ਹੈ ਬੱਚਿਆਂ। ਇਨਵਰਟਰ ਨਹੀਂ ਹੈਗਾ ਜੀ? ਇਨਵਰਟਰ ਫੈਸਿਲਿਟੀ ਫਿਲਹਾਲ ਹੈ ਨਹੀਂ। ਇਨਵਰਟਰ ਹੈ ਲੱਗਦਾ, ਇਨਵਰਟਰ ਤਾਂ ਹੋਣਾ ਚਾਹੀਦਾ, ਸਰਕਾਰ ਨੂੰ ਇਨਵਰਟਰ ਤਾਂ ਪ੍ਰੋਵਾਈਡ ਕਰਨਾ ਚਾਹੀਦਾ, ਜੇ ਲਾਈਟ ਜਾਂਦੀ ਆ ਤਾਂ ਇਹ ਸੁੱਖ ਦਾ ਜਿਹੜਾ ਹੈਗਾ ਸਾਹ ਲੈ ਸਕਣ ਅਤੇ ਪੜ੍ਹਾਈ ਕਰ ਸਕਣ। ਸਰਕਾਰ ਵੱਲੋਂ ਕੋਈ ਗ੍ਰਾਂਟ ਉਸ ਇਨਵਰਟਰ ਜ਼ਰੂਰ ਲਵਾਂਗੇ, ਕੋਈ ਗ੍ਰਾਂਟ ਆਵੇਗੀ ਤਾਂ ਲਵਾਂਗੇ ਜ਼ਰੂਰ। ਕਿੰਨੀਆਂ ਕੁ ਉਮੀਦਾਂ ਨੇ ਆਪ ਸਰਕਾਰ ਤੋਂ? ਦੇਖੋ ਉਮੀਦ ਤਾਂ ਹਰ ਵਾਰ ਹੁੰਦੀ ਆ ਸਰਕਾਰ ਤੋਂ, ਹਰੇਕ ਸਰਕਾਰ ਤੋਂ ਉਮੀਦ ਹੁੰਦੀ ਆ, ਇਸ ਸਰਕਾਰ ਤੋਂ ਉਮੀਦ ਹੈਗੀ ਆਪਾਂ ਨੂੰ। ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਸੀਗਾ ਕਿ ਆਪ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ, ਕਿਉਂਕਿ ਲਗਾਤਾਰ ਬਿਜਲੀ ਦੇ ਕੱਟਾਂ ਨਾਲ ਹਰ ਵਰਗ ਦੁਖੀ ਹੈ। ਇੱਕ ਪਾਸੇ ਸਕੂਲ ਦੇ ਵਿਦਿਆਰਥੀ ਦੁਖੀ ਹਨ, ਦੂਜੇ ਪਾਸੇ ਪੜ੍ਹਾਈ ਕਰਾਉਣ ਵਾਲੇ ਅਧਿਆਪਕ ਇਸ ਤੋਂ ਵੱਧ ਦੁਖੀ ਹਨ। ਦੇਖੋ ਜੀ, ਪਤਾ ਲੱਗ ਰਿਹਾ ਵੀ ਥਰਮਲ ਪਲਾਂਟਾਂ ਵਾਲੇ 2-4 ਦਿਨ ਤੱਕ ਕੋਲਾ ਰਹਿ ਗਿਆ। ਮਾਨ ਸਰਕਾਰ ਨੂੰ ਇਹਤੇ ਖਾਸ ਧਿਆਨ ਦੇਣਾ ਚਾਹੀਦਾ ਵੀ ਜੋ ਕਿ ਕਿਸਾਨਾਂ ਨੇ ਕੋਈ ਹਰੀ ਖਾਦ ਮੱਕੀ ਨੂੰ ਪਾਣੀ ਦੇਣਾ ਅਤੇ ਹੋਰ ਬਹੁਤ ਫਸਲਾਂ ਨੇ ਜਿਹੜੀਆਂ ਪਾਣੀ ਬਿਨਾਂ ਸੁੱਕ ਰਹੀਆਂ ਨੇ। ਅਸੀਂ ਸਰਕਾਰ ਤੋਂ ਇਹੀ ਆਸ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਕੋਲੇ ਦਾ ਇੰਤਜ਼ਾਮ ਕਰਕੇ ਬਿਜਲੀ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਵੇ। ਦੇਖੋ ਜੀ, ਸਵੇਰ ਦੇ 9 ਵਜੇ ਨੇ, 49 ਟੈਂਪਰੇਚਰ ਹੋ ਗਿਆ, ਬੱਚੇ ਬਿਨਾਂ ਪੱਖਿਆਂ ਤੋਂ ਬੈਠੇ ਗਰਮੀ 'ਚ ਬੇਹਾਲ ਨੇ ਅੰਦਰ। ਸਰਕਾਰ ਤੋਂ ਆਸ ਕਰਦੇ ਹਾਂ ਅਸੀਂ ਵੀ ਇੱਥੇ ਜਲਦੀ ਤੋਂ ਜਲਦੀ ਸਕੂਲਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਦੇਖੋ ਜੀ, ਬਹੁਤ ਬੁਰਾ ਹਾਲ ਹੈ ਸਾਰੇ ਸਕੂਲਾਂ ਦੇ ਵਿੱਚ। ਜੇ ਅੱਜ ਅਸੀਂ ਪੰਜਾਬ ਦੇ ਸਕੂਲ ਦੇਖਦੇ ਹਾਂ ਤਾਂ ਬੱਚਿਆਂ ਦਾ ਇੰਨਾ ਕੁ ਬੁਰਾ ਹਾਲ ਹੈ ਵੀ ਬੱਚੇ ਰੋ ਰੋ ਕੇ ਆਪਦਾ ਹਾਲ ਆਪ ਦੱਸ ਰਹੇ ਨੇ, ਅਤੇ ਸਰਕਾਰ ਦਾ ਇੰਨਾ ਕੁ ਮਤਲਬ ਜਿਵੇਂ ਇੱਕ ਆਮ ਆਦਮੀ ਪਾਰਟੀ ਇੱਕ ਬਦਲਾਓ ਦੀ ਨੀਤੀ ਲੈ ਕੇ ਆਈ ਵੀ ਅਸੀਂ ਬਦਲਾਓ ਦੀ ਨੀਤੀ ਲੈ ਕੇ ਆਉਂਦੇ ਅਤੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਵਰਗੇ ਸਕੂਲ ਬਣਾਵਾਂਗੇ, ਅਤੇ ਅੱਜ ਸਕੂਲਾਂ ਦੇ ਵਿੱਚ ਲਾਈਟ ਦੇ ਜਿਹੜੇ ਕੱਟ ਲੱਗ ਰਹੇ ਨੇ, ਬੱਚੇ ਪੜ੍ਹਨ ਦੇ ਲਈ ਪਾਣੀ ਦੇ ਪੀਣ ਲਈ ਇੰਨੇ ਮਜਬੂਰ ਹੋਏ ਵੀ ਨਾ ਪੜ੍ਹਿਆ ਜਾਂਦਾ ਅਤੇ ਨਾ ਪਾਣੀ ਮਿਲ ਰਿਹਾ ਬੱਚਿਆਂ ਨੂੰ। ਅਤੇ ਜੇ ਖਾਸ ਕਰਕੇ ਆਪਾਂ ਇਹ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਪੀਣ ਯੋਗ ਪਾਣੀ ਵੀ ਮਤਲਬ ਬੱਚਿਆਂ ਦੇ ਹੈ ਨਹੀਂ ਅਤੇ ਪਾਣੀ ਵੀ ਇੰਨਾ ਖਰਾਬ ਹੈ, ਅਤੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜਾ ਬੱਚਿਆਂ ਨੂੰ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਭਵਿੱਖ ਦੀ ਟੋਹ ਸਾਹਮਣੀ ਹੈ, ਹਿੰਦੁਸਤਾਨ ਨੂੰ ਸਾਹਮਣਾ ਜਿਨ੍ਹਾਂ ਨੇ,
ਉਹ ਬੱਚਿਆਂ ਦੇ ਅੱਜ ਤੋਂ ਡਿਪਰੈਸ਼ਨ ਪੈ ਜਾਊਗਾ ਤਾਂ ਬੱਚੇ ਅੱਗੇ ਕੀ ਕਰਨਗੇ? ਇਹ ਗਰੀਬ ਬੱਚੇ ਨੇ, ਇਹ ਤਾਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਂਦੇ, ਪ੍ਰਾਈਵੇਟ ਸਕੂਲਾਂ 'ਚ ਇਨਵਰਟਰ ਜਨਰੇਟਰ ਤਾਂ ਹੁੰਦੇ ਨੇ, ਇਹ ਗਰੀਬ ਬੱਚੇ ਤਾਂ ਪ੍ਰਾਈਵੇਟ ਸਕੂਲਾਂ 'ਚ ਜਾਣ ਸਕਦੇ, ਇੱਥੇ ਇਨਵਰਟਰ ਤਾਂ ਹੋਣਾ ਚਾਹੀਦਾ ਸੀ। ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਗਰੀਬ ਬੱਚੇ ਨੇ ਅਤੇ ਨਾ ਤਾਂ ਪ੍ਰਾਈਵੇਟ ਸਕੂਲਾਂ ਦੇ ਫੀਸਾਂ 'ਤੇ ਪਾਉਂਦੇ ਨੇ, ਅਤੇ ਇਸ ਕਰਕੇ ਉਹ ਸਕੂਲ ਦੇ ਵਿੱਚ ਲਾਉਂਦੇ ਨੇ। ਚਲੋ ਸਰਕਾਰ 'ਚ ਸਾਡੇ ਕਹਿੰਦੇ ਕੋਈ ਹੋਰ ਨਹੀਂ ਤਾਂ ਸਰਕਾਰ ਧਿਆਨ ਦੇਵੇ, ਪਰ ਸਰਕਾਰ ਦਾ ਵੀ ਧਿਆਨ ਹੁਣ ਤੁਸੀਂ ਦੇਖ ਹੀ ਰਹੇ ਹੋ ਵੀ ਕਿੰਨਾ ਕੁ ਧਿਆਨ ਹੈ। ਸਕੈਨਰਸ ਪੰਜਾਬ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।